ਸਤਿ ਸ਼੍ਰੀ ਅਕਾਲ ਤੁਸੀਂ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ ਸਰਕਾਰ ਨੇ ਆਪਣਾ 4 ਸਾਲਾਂ ਦਾ ਲੇਖਾ ਜੋਖਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਦਾਵਾ ਕੀਤਾ ਹੈ ਕਿ ਅਸੀਂ ਜੋ ਵਾਅਦੇ ਕਰਕੇ ਆਏ ਸੀ ਚੋਣ ਮੈਨੀਫੈਸਟੋ ਦੇ ਵਿੱਚ ਸੀ ਉਹਦਾ 85% ਹਿੱਸਾ ਜਿਹੜਾ ਅਸੀਂ ਉਹਨੂੰ ਪੂਰਿਆਂ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਾਡੇ ਨਾਲ LOP ਹਰਪਾਲ ਚੀਮਾ ਜੀ ਆ ਚੀਮਾ ਸਾਹਿਬ ਕੈਪਟਨ ਸਾਹਿਬ ਕਹਿੰਦੇ 85% ਵਾਅਦੇ ਪੂਰੇ ਕਰਤੇ ਅਜੇ ਸਾਲ ਬਾਕੀ ਆ ਬਾਕੀ ਵੀ ਕਰਦੇ ਹਾਂ ਦੇਖੋ ਮੈਂ ਸਮਝਦਾ ਕੈਪਟਨ ਸਾਹਿਬ ਝੂਠ ਬੋਲਣ ਦੇ ਮਾਹਰ ਨੇਗੇ 85% ਵਾਅਦੇ ਪੂਰੇ ਕਰਨੇ ਬਹੁਤ ਦੂਰ ਦੀ ਗੱਲ ਆ ਉਹ ਤਾਂ 1% ਵਾਅਦਾ ਪੂਰਾ ਨਹੀਂ ਕੀਤਾ ਕੈਪਟਨ ਸਾਹਿਬ ਨੇ ਤੁਸੀਂ ਮੈਨੂੰ ਦੱਸੋ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਕੀ ਸਜ਼ਾ ਮਿਲ ਗਈ ਉਹਨਾਂ ਲੋਕਾਂ ਨੂੰ ਕਿ ਜਿਨ੍ਹਾਂ ਜਿਨ੍ਹਾਂ ਨੌਜਵਾਨਾਂ ਨੇ ਕਾਰਡ ਭਰੇ ਸੀਗੇ ਕਿ ਸਾਨੂੰ ਨੌਕਰੀ ਮਿਲੂਗੀ ਸਾਨੂੰ ਰੁਜ਼ਗਾਰ ਮਿਲੂਗਾ ਕਿ ਰੁਜ਼ਗਾਰ ਮਿਲ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਕਾਰਡ ਭਰੇ ਸੀਗੇ ਕਿ ਸਾਡਾ ਕਰਜ਼ਾ ਮਾਫ ਹੋਊਗਾ ਕਿ ਕਰਜ਼ਾ ਮਾਫ ਹੋ ਗਿਆ ਜਿਨ੍ਹਾਂ ਦਲਤਾਂ ਨਾਲ ਵਾਅਦਾ ਕੀਤਾ ਸੀ ਕਿ 2500 ਰੁਪਏ ਪੈਨਸ਼ਨ ਮਿਲੂਗੀ 5 ਮਰਲੇ ਪਲਾਟ ਮਿਲ ਗਏ ਉਹਨਾਂ ਪਲਾਟਾਂ ਦੇ ਘਰ ਬਣਾਉਣ ਲਈ 1 ਲੱਖ ਰੁਪਏ ਮਿਲੂਗਾ ਕਿ ਪੈਸੇ ਮਿਲ ਗਏ ਅੱਜ ਪੰਜਾਬ ਦੇ ਵੀ ਦੱਸੋ ਮੈਨੂੰ ਜਿਹੜਾ ਸਕਾਲਰਸ਼ਿਪ ਸਕੈਮ ਅਕਾਲੀ ਦਲ BJP ਵਾਲਿਆਂ ਨੇ ਕੀਤਾ ਸੀਗਾ ਕਿ ਉਹ ਦੋਸ਼ੀ ਫੜੇਗਾ ਅੱਜ ਪੰਜਾਬ 'ਚ ਕੋਈ ਵੀ ਕੰਮ ਨਹੀਂ ਹੋਇਆ ਕੈਪਟਨ ਸਾਹਿਬ ਮੈਂ ਸਮਝਦਾ ਕਿ ਝੂਠ ਬੋਲਣ ਦੇ ਸਭ ਤੋਂ ਵੱਡੇ ਝੂਠੇ ਵਿਅਕਤੀ ਨੇ ਪੰਜਾਬ 'ਚ ਅਦਬੀ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ FIR ਵੀ ਹੋਈਆਂ ਨੇ ਔਰ ਚਲਾਣ ਵੀ ਅਸੀਂ ਲਗਭਗ ਪੇਸ਼ ਕਰ ਚੁੱਕੇ ਹਾਂ ਕੁਝ ਜਿਹੜੇ ਲੀਡਰਾਂ ਦੇ ਨਾਮ ਵੀ ਉਹ ਵੀ ਤੁਹਾਨੂੰ ਨਸ਼ਰ ਕਰਾਂਗੇ ਇਸੇ ਸਾਲ ਦੇ ਆਖਰ ਦੇ ਵਿੱਚ ਉਹ ਵੀ ਅਸੀਂ ਮਾਮਲਾ ਜਿਹੜਾ ਸਿਰੇ ਲਾ ਦਿਆਂਗੇ ਵੋਟਾਂ ਤੋਂ ਪਹਿਲਾਂ ਦੇਖੋ ਇਹੀ ਗੱਲ ਆ ਨਾ ਕਿ ਵੋਟਾਂ ਤੋਂ ਪਹਿਲਾਂ ਸਿਰੇ ਲਾ ਦਾਂ ਕਿ ਤਾਂ ਕਿ ਵੋਟਾਂ ਕਿਵੇਂ ਲੈਣੀਆਂ ਨੇਗੀਆਂ ਕੈਪਟਨ ਸਾਹਿਬ ਜਿਹੜੇ ਕਹਿੰਦੇ ਦੋਸ਼ੀਆਂ ਨੂੰ ਫੜਾਂਗੇ ਜੇਲ੍ਹਾਂ 'ਚ ਦੇਵਾਂਗੇ ਗੁਰੂ ਗ੍ਰੰਥ ਸਾਹਿਬ ਦੀ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਆ ਉਹਨਾਂ ਨੂੰ ਬਚਾਉਣ ਦਾ ਕੰਮ ਕਰ ਰਹੇ ਨੇ ਸਿਰਫ ਵੋਟਾਂ ਲੈਣ ਲਈ ਕਿ ਵੋਟਾਂ 2022 'ਚ ਕਿਵੇਂ ਲੈਣੀਆਂ ਨੇਗੀਆਂ ਉਹਨਾਂ ਵਿਅਕਤੀਆਂ ਨੂੰ ਲੈ ਕੇ ਆਉਣਗੇ ਹੁਣ ਨਾਂ ਲੈ ਕੇ ਉਹ ਤੋਂ ਬਾਅਦ ਵੋਟਾਂ ਮੰਗਣਗੇ ਸੋ ਆਮ ਆਦਮੀ ਪਾਰਟੀ ਜਿਹੜੀ ਸ਼ੁਰੂ ਤੋਂ ਮੰਗਾ ਸੀ ਤਾਂ ਪਹਿਲੇ ਦਿਨ ਕਿਹਾ ਸੀ ਤਾਂ ਵਿਧਾਨ ਸਭਾ ਸੈਸ਼ਨ ਹੋਇਆ ਸੀਗਾ ਕਿ ਤੁਸੀਂ ਸਮਾਂ ਵੱਧ ਜਾਂਚ ਕਰੋ 3 ਮਹੀਨੇ ਜਾਂਚ ਮੁਕੰਮਲ ਕਰੋ 6 ਮਹੀਨੇ 'ਚ ਸਪੈਸ਼ਲ ਕੋਰਟ ਬਣਾਓ 6 ਮਹੀਨੇ ਸਜ਼ਾ ਹੋ ਜੇ ਹੁਣ ਤੱਕ ਇਹ ਚਲਾਣ ਪੇਸ਼ ਹੋ ਰਹੇ ਨੇ ਲਗਾਤਾਰ ਇਹ ਚਲਾਣ ਪੇਸ਼ ਹੁੰਦੇ ਰਹਿਣਗੇ ਉਹ ਤੋਂ ਬਾਅਦ ਦੋਸ਼ੀ ਜਿਹੜੇ ਹੈਗੇ ਨੇ ਕਿ ਕੈਪਟਨ ਸਾਹਿਬ ਨੇ ਚਲੇ ਜਾਣਗਾ ਅੱਜ ਪੰਜਾਬ ਦੇ ਬੱਚੇ ਬੱਚੇ ਦੀ ਜ਼ਬਾਨ 'ਤੇ ਆ ਕੈਪਟਨ ਸਾਹਿਬ ਦੀ ਸਰਕਾਰ ਨਹੀਂ ਰਹਿਣੀ ਉਹ ਤੋਂ ਬਾਅਦ ਜਿਹੜੀ ਵੀ ਸਰਕਾਰ ਆਊਗੀ ਉਹ ਜੇਕਰ ਇਹਨਾਂ ਦੂਜਿਆਂ ਦੀ ਸਰਕਾਰ ਆ ਜਾਂਦੀ ਆ ਤਾਂ ਮੈਂ ਸਭ ਨੂੰ ਬਚਾਉਣਗੇ ਪਰ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਸਪੈਸ਼ਲ ਕੋਰਟ ਜਿਹੜੀ ਆ ਸਪੈਸ਼ਲ ਕੋਰਟ ਦਾ ਨਿਰਮਾਣ ਕੀਤਾ ਜਾਵੇ ਔਰ ਵਿਦਿਨ 3 ਮੰਥ ਦੇ ਵਿੱਚ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦਾ ਚਲਾਣ ਹੋ ਕੇ ਚਾਰਜਸ਼ੀਟ ਹੋ ਕੇ ਭੁਗਤ ਕੇ ਇਹਨਾਂ ਦਾ ਫੈਸਲਾ ਆਵੇ ਚੀਮਾ ਸਾਹਿਬ ਤੁਸੀਂ ਵੀ ਵਾਰ ਵਾਰ ਵੱਖ ਵੱਖ ਪਲੇਟਫਾਰਮ ਤੋਂ ਭਾਵੇਂ ਸਟੇਜਾਂ ਹੋਣ ਜਾਂ ਪ੍ਰੈਸ ਕਾਨਫਰੰਸ ਹੋਵੇ ਮੀਡੀਆ 'ਤੇ ਹੋਵੇ ਤੁਸੀਂ ਵਾਰ ਵਾਰ ਇਹ ਕਹਿੰਦੇ ਰਹੇ ਹੋ ਕਿ ਸੌਂ ਖਾ ਕੇ ਮੁੱਕਰ ਗਏ ਕੈਪਟਨ ਅਮਰਿੰਦਰ ਸਿੰਘ ਪਰ ਅੱਜ ਉਹਨਾਂ ਨੇ ਸਪਸ਼ਟ ਕਰਤਾ ਆਪਣੇ ਮੁਤਾਬਕ ਕਿ ਮੈਂ ਤਾਂ ਉਹ ਕਿਹਾ ਹੀ ਨਹੀਂ ਸੀ ਜਿਹੜੇ ਆਪੋਜੀਸ਼ਨ ਕਹਿ ਰਹੀ ਹੈ ਮੈਂ ਤਾਂ ਇਹ ਕਿਹਾ ਸੀ ਕਿ ਲੱਕ ਤੋੜਾਂਗੇ ਅਤੇ ਲੱਕ ਤੋੜਤਾ ਕਹਿੰਦੇ ਦੇਖੋ ਜੇਕਰ ਕੈਪਟਨ ਸਾਹਿਬ ਦੀ ਗੱਲ ਨੂੰ ਸਹੀ ਮੰਨ ਲਈਏ ਤਾਂ ਇਹ ਤਾਂ ਗੱਲ ਸਪਸ਼ਟ ਆ ਕਿ ਕੈਪਟਨ ਸਾਹਿਬ ਪੰਜਾਬ ਵਿੱਚੋਂ ਨਸ਼ਾ ਖਤਮ ਨਹੀਂ ਕਰਨਾ ਚਾਹੁੰਦੇ ਕੈਪਟਨ ਸਾਹਿਬ ਇਹ ਨਸ਼ਿਆਂ ਦੇ ਦਰਿਆ ਨੂੰ ਚਲਾਉਣਾ ਚਾਹੁੰਦੇ ਨੇ ਕਿ ਇਹ ਉਹਨਾਂ ਦੀ ਪ੍ਰਾਇਮਰੀ ਡਿਊਟੀ ਬਣਦੀ ਆ ਪੰਜਾਬਪਤੀ ਕਿ ਪੰਜਾਬ 'ਚ ਨਸ਼ਾ ਨਾ ਹੋਵੇ ਸੋ ਲੱਕ ਤੋੜਨ ਦੀ ਗੱਲ ਹੀ ਮੈਨੂੰ ਐਂ ਲੱਗਦਾ ਗਾ ਕਿ ਕੈਪਟਨ ਸਾਹਿਬ ਜਿਹੜਾ ਹੈਗਾ ਜਿਹੜਾ ਨਸ਼ਿਆਂ ਦਾ ਕਾਰੋਬਾਰ ਪੁਰਾਣੀ ਸਰਕਾਰ ਚਲਾਉਂਦੀ ਸੀਗੀ ਉਹ ਨਸ਼ਿਆਂ ਦਾ ਕਾਰੋਬਾਰ 'ਚ ਕੈਪਟਨ ਸਾਹਿਬ ਖੁਦ ਚਲਾ ਰਹੇ ਨੇ ਚੀਮਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਅਗਲੇ 15 ਸਾਲ ਹੋਰ ਵੀ ਸਿਆਸਤ ਕਰੂੰਗਾ ਹਾਲਾਂਕਿ ਤੁਹਾਨੂੰ ਵੀ ਯਾਦ ਆਉਣਾ ਹੈ ਕਿ ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਕਿ ਮੇਰੀ ਤਾਂ ਆਖਰੀ ਪਾਰੀ ਆ ਪੰਜਾਬ ਵਾਲਿਓ ਮੈਨੂੰ ਪਰਖ ਕੇ ਦੇਖੋ ਕਹਿੰਦੇ 15 ਸਾਲ ਹੋਰ ਪਾਰੀ ਖੇਡੂੰਗਾ ਜਾਣੀ ਕਾਂਗਰਸ 'ਤੇ ਕਹਿੰਦੇ ਲੋਕ ਭਰੋਸਾ ਕਰਦੇ ਨੇ ਪੰਜਾਬ 'ਤੇ ਦੇਖੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ 25 ਸਾਲ ਰਾਜ ਕਰੂੰਗਾ ਉਹਨੂੰ 25 ਸੀਟਾਂ ਨਹੀਂ ਆਈਆਂ ਜਿਹੜੇ 15 ਸਾਲ ਰਾਜ ਕਰਨ ਦੀ ਗੱਲ ਕੈਪਟਨ ਸਾਹਿਬ ਕਰ ਰਹੇ ਨੇ ਉਹਨੂੰ 15 ਸੀਟਾਂ ਨਹੀਂ ਆਉਣੀਆਂ ਅਗਲੀ ਵਾਰ ਆਖਰੀ ਸਵਾਲ ਹੈ ਚੀਮਾ ਸਾਹਿਬ ਤੁਸੀਂ ਕਿਸ ਆਧਾਰ 'ਤੇ ਮਤਲਬ ਅਗਲੀਆਂ ਚੋਣਾਂ ਦੇ ਵਿੱਚ ਆ ਰਹੇ ਹੋ 2022 ਦੀਆਂ ਚੋਣਾਂ ਦੇ ਵਿੱਚ ਹਾਲਾਂਕਿ ਤੁਸੀਂ ਇੱਕ ਬਹੁਤ ਵੱਡੀ ਰੈਲੀ ਵੀ ਕਰ ਰਹੇ ਹੋ ਕਿਸਾਨ ਰੈਲੀ ਹੈ ਕਿਸਾਨਾਂ ਦੇ ਨਾਮ 'ਤੇ ਰੈਲੀ ਕਰ ਰਹੇ ਹੋ ਕਿਸ ਤਰ੍ਹਾਂ ਦੀ ਅਗਲੀ ਰਣਨੀਤੀ ਹੋਊਗੀ ਜਿਵੇਂ ਸਾਰੀਆਂ ਪਾਰਟੀਆਂ ਲੱਗੀਆਂ ਪਈਆਂ ਪ੍ਰਸ਼ਾਂਤ ਕਿਸ਼ੋਰ ਨੂੰ ਕਾਂਗਰਸ ਲੈ ਆਈ ਆ ਪ੍ਰਸ਼ਾਂਤ ਕਿਸ਼ੋਰ ਬਹੁਤ ਸਾਰੇ ਕੰਮ ਵੀ ਕਰਵਾ ਰਹੇ ਨੇ ਉਹਨਾਂ ਦੇ ਕਹਿੰਦੇ ਧਰਾਤਲ ਪੱਧਰ 'ਤੇ ਲੋਕਾਂ ਤੱਕ ਜਾਵਾਂਗੇ ਔਰ ਪ੍ਰਸ਼ਾਂਤ ਕਿਸ਼ੋਰ ਤੋਂ ਕਹਿੰਦੇ ਅਸੀਂ ਖੁਸ਼ ਵੀ ਹਾਂ ਤੁਸੀਂ ਕਿਸ ਤਰ੍ਹਾਂ ਦੀ ਸਟ੍ਰੈਟਜੀ ਲੈ ਕੇ ਆ ਰਹੇ ਦੇਖੋ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਇਸ ਅੰਦੋਲਨ ਨੂੰ ਕਿਵੇਂ ਮਜ਼ਬੂਤ ਕਰਨਾ ਹੈਗਾ ਕਿਵੇਂ ਹੋਰ ਤਾਕਤ ਦੇਣੀ ਆ 21 ਮਾਰਚ ਨੂੰ ਬਾਘਾ ਪੁਰਾਣਾ ਦੇ ਵਿੱਚ ਰੈਲੀ ਕਰ ਰਹੇ ਹਾਂਗੇ ਅਰਵਿੰਦ ਕੇਜਰੀਵਾਲ ਜੀ ਉੱਥੇ ਆ ਰਹੇ ਨੇਗੇ ਇਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਡੇ 1 ਤੋਂ ਲੈ ਕੇ ਪਹਿਲੇ ਦਿਨ ਤੋਂ ਲੈ ਕੇ ਕਿਸਾਨ ਦੇ ਨਾਲ ਖੜੀ ਜਾਗੀ ਚਾਹੇ ਉਹ ਦਿੱਲੀ ਦੇ ਸਿੰਘੂ ਬਾਰਡਰ ਦੀ ਗੱਲ ਆ ਚਾਹੇ ਟਿੱਕਰੀ ਬਾਰਡਰ ਦੀ ਗੱਲ ਆ ਹਰ ਜਗ੍ਹਾ 'ਤੇ ਸਾਰੀਆਂ ਸਹੂਲਤਾਂ ਦੇਣ ਦੀ ਗੱਲ ਉਹ ਆਮ ਆਦਮੀ ਪਾਰਟੀ ਦੇ ਰਹੀ ਆ ਕੈਪਟਨ ਸਾਹਿਬ ਖੁਦ ਦੋਸ਼ੀ ਨੇ ਇਹਨਾਂ ਕਾਲੇ ਗਰੁੱਪ ਲੈ ਕੇ ਆਉਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਖੁਦ ਦੋਸ਼ੀ ਨੇਗੇ BJP ਖੁਦ ਦੋਸ਼ੀ ਆ ਤਿੰਨੇ ਪਾਰਟੀਆਂ ਅੱਜ ਇੱਕੋ ਹੀ ਨਾਰਾ ਪੰਜਾਬ ਦੇ ਕਿਸਾਨਾਂ ਦੇ ਮੂੰਹ 'ਤੇ ਆ ਬਾਦਲ ਕੈਪਟਨ ਅਤੇ ਮੋਦੀ ਤਿੰਨੋਂ ਕਿਸਾਨ ਵਿਰੋਧੀ ਇਹ ਨਾਰਾ ਅੱਜ ਪੂਰੇ ਪੰਜਾਬ 'ਚ ਘੁੰਮ ਰਿਹਾ ਹੈਗਾ ਚੀਮਾ ਸਾਹਿਬ ਇਸੇ ਰੈਲੀ ਨੂੰ ਲੈ ਕੇ ਇੱਕ ਸਵਾਲ ਹੈ ਕਿ ਤੁਹਾਡੀ ਕਿਸੇ ਕਿਸਾਨ ਲੀਡਰ ਦੇ ਨਾਲ ਕੋਈ ਚਰਚਾ ਹੋਈ ਸੀ ਕਿ ਅਸੀਂ ਰੈਲੀ ਕਰਨੀ ਆ ਜਾਂ ਸਾਡਾ ਕੋਈ ਸਮਰਥਨ ਕਰੋ ਜਾਂ ਕੋਈ ਕਿਸੇ ਵਿਸ਼ੇ 'ਤੇ ਵੀ ਕਿ ਕਿਸਾਨ
ਕਿਸਾਨ ਦੇ ਸੰਘਰਸ਼ ਦੇ ਨਾਲ ਖੜੇ ਹਾਂ। ਆਮ ਆਦਮੀ ਪਾਰਟੀ ਜਿਹੜੀ ਆ ਇਸ ਕਿਸਾਨੀ ਸੰਘਰਸ਼ ਨੂੰ ਹੋਰ ਕਿਵੇਂ ਤਕੜਾ ਕਰਨਾ ਗਾ। ਮੋਦੀ ਸਾਹਿਬ ਦੇ ਖਿਲਾਫ਼ ਜੇਕਰ ਕੋਈ ਟੱਕਰ ਲੈ ਰਹੀ ਹੈ ਤਾਂ ਆਮ ਆਦਮੀ ਪਾਰਟੀ ਆ। ਜੇਕਰ ਦਿੱਲੀ ਦੇ ਵਿੱਚ 3 ਵਾਰ ਹਰਾਇਆ ਤਾਂ ਮੋਦੀ ਸਾਹਿਬ ਤਾਂ ਆਮ ਆਦਮੀ ਪਾਰਟੀ ਨੇ ਹਰਾਇਆ। ਜੇਕਰ ਅੱਜ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ ਤਾਂ ਆਮ ਆਦਮੀ ਪਾਰਟੀ ਟੱਕਰ ਦੇ ਰਹੀ ਹੈ ਮੋਦੀ ਸਾਹਿਬ ਨੂੰ, ਨਾ ਕਿ ਕਾਂਗਰਸ। ਕਾਂਗਰਸ ਜਿਹੜੀ ਆ ਅੱਜ ਦੇਸ਼ ਦੇ ਵਿੱਚ ਆਖਰੀ ਸਾਹਾਂ 'ਤੇ ਆ, ਦਮ ਤੋੜ ਰਹੀ ਹੈ ਔਰ ਪੰਜਾਬ ਵਿੱਚ ਵੈਂਟੀਲੇਟਰ 'ਤੇ। ਤੁਸੀਂ ਦੇਖਿਓ ਜਦੋਂ 2022 ਨੇੜੇ ਆਊਗਾ ਇਲੈਕਸ਼ਨ ਦੇ ਵਿੱਚ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਦਾ ਸਫਾਇਆ ਹੋਊਗਾ ਔਰ ਪੰਜਾਬ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ। ਇਹ ਜਿਹੜੀ ਕਿਸਾਨ ਰੈਲੀ ਆ ਇਹ ਟੋਟਲ ਪੂਰੀ ਦੀ ਪੂਰੀ ਤਰ੍ਹਾਂ ਜਿਹੜੀ ਹੈ ਕਿਸਾਨ ਸੰਘਰਸ਼ ਨੂੰ ਸਮਰਪਿਤ ਆ। ਬਹੁਤ ਧੰਨਵਾਦ। ਤਾਂ ਇਹ ਸਨ LOP ਹਰਪਾਲ ਚੀਮਾ, ਜਿਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਅਤੇ ਇਹ ਕੀਤੇ ਗਏ ਵਾਅਦੇ ਝੂਠੇ ਆ, ਉਹ 85% ਦੀ ਗੱਲ ਕਰਦੀ ਆ। ਤਾਂ ਹਰਪਾਲ ਚੀਮਾ ਦੇ ਮੁਤਾਬਿਕ ਉਹਨਾਂ ਨੇ 1% ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਮੈਂ ਰਵੀ ਸੰਗਰਾ, ਹੋਰ ਵਿਜ਼ਨ ਪੰਜਾਬ TV ਚੰਡੀਗੜ੍ਹ।